ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਸ਼੍ਰੋਮਣੀ ਕਮੇਟੀ ਹੁਣ ਗੁਰਬਾਣੀ ਦੇ ਪ੍ਰਸਾਰਨ ਦੇ ਲਈ ਖੁੱਲੇ ਟੈਂਡਰ ਜਾਰੀ ਕਰੇਗੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾਣਗੇ ਟੈਂਡਰ ਭਰਨ ਸੰਬੰਧੀ ਤਾਂ ਜਿਹੜਾ ਵੀ ਚਾਹਵਣ ਹੈਗਾ ਜਿਹੜਾ ਵੀ ਚੈਨਲ ਇਸ ਟੈਂਡਰ ਨੂੰ ਲੈਣਾ ਚਾਹੁੰਦਾ ਹਾਸਲ ਕਰਨਾ ਚਾਹੁੰਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਜੋ ਹਦਾਇਤਾਂ ਹੈਗੀਆਂ ਕਿ ਇਸ ਨੂੰ ਪੂਰੇ ਵਰਲਡ ਵਾਈਡ ਦੇ ਵਿੱਚ ਟੈਲੀਕਾਸਟ ਕੀਤਾ ਜਾਵੇ ਜਾਂ ਕੁਝ ਹੋਰ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਅਜਿਹਿਆਂ ਕੋਈ 5 ਤੋਂ 7 ਸ਼ਰਤਾਂ ਹੈਗੀਆਂ ਸ਼੍ਰੋਮਣੀ ਕਮੇਟੀ ਦੀਆਂ ਉਸ ਦੀ ਪਾਲਣਾ ਕਰਦੇ ਹੋਏ ਟੈਂਡਰ ਭਰੇ ਜਾ ਸਕਦੇ ਨੇ ਖੁੱਲਾ ਟੈਂਡਰ ਹੈਗਾ ਕੋਈ ਵੀ ਚੈਨਲ ਜਿਹੜਾ ਹੈਗਾ ਜਿਹੜੀ ਸ਼ਰਤਾਂ ਪੂਰੀਆਂ ਕਰਦਾ ਹੋਵੇ ਉਹ ਚੈਨਲ ਗੁਰਬਾਣੀ ਦੇ ਲਾਈਵ ਪ੍ਰਸਾਰਣ ਲੈਣ ਦੇ ਲਈ ਇਸ ਨੂੰ ਪੜ ਸਕਦਾ ਤਾਂ ਮੌਜੂਦਾ ਸਮੇਂ ਜਿਸ ਨਿੱਜੀ ਚੈਨਲ ਦੇ ਉੱਪਰ ਜਾਂ ਨਿੱਜੋ ਨਿੱਜੀ ਚੈਨਲ ਦੇ ਨਾਲ ਸਮਝੌਤਾ ਕੀਤਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜੁਲਾਈ 2023 ਨੂੰ ਖਤਮ ਹੋਣ ਜਾ ਰਿਹਾ ਤਾਂ ਉਸ ਮੌਜੂਦਾ ਚੈਨਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2 2 ਕਰੋੜ ਰੁਪਏ ਜਿਹੜਾ ਹੈਗਾ ਇਸ ਪ੍ਰਸਾਰਣ ਦਾ ਲੈ ਰਹੀ ਸੀ ਤੇ ਨਾਲ ਦੀ ਨਾਲ ਜਿਹੜਾ ਇਹ ਪ੍ਰਸਾਰਣ ਲਾਈਵ ਦਾ ਜੋ ਕੀਤਾ ਜਾਂਦਾ ਹੈ ਗੁਰਬਾਣੀ ਦਾ ਇਸ ਸਾਲ 1998 ਦੇ ਵਿੱਚ ਸ਼ੁਰੂ ਹੋਇਆ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਵਰਲਡ ਪੰਜਾਬੀ ਨੂੰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਯੂਕੇ ਖਾਲਸਾ ਟੀਵੀ ਹੈਗਾ ਉਸ ਉਹਨਾਂ ਨੂੰ ਦਿੱਤਾ ਗਿਆ ਸੀ ਫਿਰ ਉਸ ਤੋਂ ਬਾਅਦ ETC ਤੋਂ ਆਇਆ ETC ਤੋਂ ਬਾਅਦ ਫਿਰ ਇਹ PTC ਤੋਂ ਆਇਆ ਤਾਂ ਉਸ ਦੇ ਨਾਲ ਸਮਝੌਤਾ ਕੀਤਾ ਗਿਆ ਸੀ ਜਦੋਂ PTC ਦੇ ਕੋਲ ਆਇਆ ਸੀ 2007 ਦੇ ਵਿੱਚ ਤਾਂ ਉਸ ਸਮੇਂ 1 ਕਰੋੜ ਰੁਪਇਆ ਜਿਹੜਾ ਹੈਗਾ ਇਸ ਸਮਝੌਤੇ ਦੇ ਵਿੱਚ ਰੱਖਿਆ ਗਿਆ ਸੀ ਤਾਂ ਨਾਲ ਦੀ ਨਾਲ 10% ਹਰ ਸਾਲ ਵਾਧਾ ਕੀਤਾ ਜਾਣਾ ਸੀ ਤਾਂ ਜੁਲਾਈ 2023 ਤੱਕ ਇਸ ਨਿੱਜੀ ਚੈਨਲ ਦੇ ਨਾਲ ਜਿਸ ਦੇ ਉੱਪਰ ਹੁਣ ਟੈਲੀਕਾਸਟ ਹੁੰਦਾ ਗੁਰਬਾਣੀ ਦਾ ਉਸ ਚੈਨਲ ਦੇ ਨਾਲ ਸਮਝੌਤਾ ਜਿਹੜਾ ਹੈਗਾ 2023 ਜੁਲਾਈ ਦੇ ਵਿੱਚ ਯਾਨੀ ਕਿ 2 ਮਹੀਨਿਆਂ ਦੇ ਅੰਦਰ ਅੰਦਰ ਖਤਮ ਹੋਣ ਵਾਲਾ ਤੇ ਜਿਹੜੇ ਵੀ ਚਾਹਵਾਨ ਹੈਗਾ ਚੈਨਲ ਜਿਹੜਾ ਵੀ ਕਰਨਾ ਚਾਹੁੰਦਾ ਹੈ ਅਪਲਾਈ ਉਹ ਟੈਂਡਰ ਭਰ ਸਕਦਾ ਹੈ ਬਕਾਇਦਾ ਸ਼੍ਰੋਮਣੀ ਕਮੇਟੀ ਦੀਆਂ ਸ਼ਰਤਾਂ ਨੂੰ ਮੰਨਦੇ ਹੋਏ ਤਾਂ ਸਿੱਧਾ-ਸਿੱਧਾ ਚੈਲੰਜ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਹੈ ਕਿਉਂਕਿ ਜਿਨ੍ਹਾਂ ਨੇ ਸਵਾਲ ਖੜੇ ਕੀਤੇ ਸੀ ਕਿ ਕਿਸੇ ਇੱਕ ਨੂੰ ਕਿਵੇਂ ਜਿਹੜਾ ਹੈਗਾ ਇਹ ਸਮਝੌਤਾ ਕੀਤਾ ਗਿਆ ਇੱਕ ਦੇ ਨਾਲ ਕਿਵੇਂ ਇਹ ਸਾਰਾ ਕੁਝ ਰੱਖਿਆ ਗਿਆ ਤਾਂ ਹੁਣ ਕੀ ਕਹਿ ਰਹੇ ਨੇ ਪ੍ਰਧਾਨ ਇੱਕ ਵਾਰ ਅਸੀਂ ਸੁਣਦੇ ਹਾਂ ਇਹ ਜਿਹੜਾ 2023 ਦੇ ਵਿੱਚ ਜਿਹੜਾ ਸਾਡਾ ਇਹ ਖਤਮ ਹੋ ਜਾਣਾ ਜੁਲਾਈ ਦੇ ਵਿੱਚ ਤੇ ਮੈਂ ਅਗਾ ਹੁਣ ਸਾਰਿਆਂ ਨੂੰ ਕਹਿਣਾ ਚਾਹਨਾ ਅਸੀਂ ਓਪਨ ਟੈਂਡਰ ਦੇਵਾਂਗੇ ਅਖਬਾਰ ਦੇ ਵਿੱਚ ਜਿਹਦੀ ਵੀ ਰੂਹ ਕਰਦੀ ਆ ਜਿਹਦੇ ਚ ਵੀ ਜਥਾ ਸ਼ਕਤੀ ਆ ਪਰ ਸ਼ਰਤ ਹੋਊਗੀ ਕਿ ਬਾਲਡ ਵਾਈਡ ਉਹ ਹਰ ਇੱਕ ਦੁਨੀਆ ਦੇ ਕੋਨੇ-ਕੋਨੇ ਵਿੱਚ ਉਹ ਟੈਲੀਕਾਸਟ ਕਰੇ ਉਹਦੀਆਂ ਸ਼ਰਤਾਂ ਜਿਹੜੀਆਂ ਮੈਂ ਸਬ ਕਮੇਟੀ ਬਣਾਤੀ ਆ ਉਹ 5 ਮਿੰਟ ਮੇਰੀ ਸਬ ਕਮੇਟੀ ਜਿਹੜੀ ਉਹ ਬੈਠ ਕੇ ਉਹਦੀਆਂ ਸਾਰੀਆਂ ਸ਼ਰਤਾਂ ਤੈਅ ਕਰ ਲੋਗੀ ਓਪਨ ਟੈਂਡਰ ਹੋਊਗਾ ਫਿਰ ਇਹ ਜਿਹੜਾ ਰੋਜ਼ ਕਹਿੰਦੇ ਪਏ ਜੀ ਪੀਟੀਸੀ ਨੂੰ ਐਕਸਕਲੂਸਿਵ ਰਾਈਟ ਇਹ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਐਕਸਕਲੂਸਿਵ ਰਾਈਟ ਹੁੰਦੇ ਕੀ ਆ ਐਕਸਕਲੂਸਿਵ ਰਾਈਟ ਆ ਕਿ ਇੱਕ ਮਨੁੱਖ ਨੇ ਐਗਰੀਮੈਂਟ ਕਰ ਲਿਆ ਉਹਨੇ ਹੁਣ ਗਾਹਾਂ ਲਿੰਕ ਦੇਣੇ ਆ ਜੇ 50 ਟੈਲੀਵਿਜ਼ਨਾਂ ਨੂੰ ਅਸੀਂ ਅਲਾਓ ਕਰ ਦਿੱਤੀ ਤੇ ਮੇਰੇ ਕੋਲ ਸੱਚ ਕੰਡ ਜਿੱਦਾ ਕੋਈ ਮਤਲ ਨਹੀਂ ਦੇਖ ਸਕੂਗਾ ਸਾਰੇ ਇੰਨੇ ਕੈਮਰੇ ਹੋ ਜਾਣਗੇ ਉਹ ਲਿੰਕ ਦਿੰਦੇ ਆ ਅਸੀਂ ਪਿੱਛੇ ਲਿੰਕ ਦਿੱਤੇ ਵੀ ਆ ਆ ਮੈਂ ਹੁਣ ਤੁਹਾਡੇ ਮੋਰੇ ਫੋਟੋ ਨਹੀਂ ਕਢਣੀਆਂ ਚਾਹੁੰਦਾ ਵੀ ਉਹ ਲਿੰਕ ਦੇ ਵਿੱਚ ਜ਼ਿਲ੍ਹੇ ਵਿੱਚ ਬੱਬੇ ਬ੍ਰੇਕ ਪਾਉਂਦੇ ਆ ਤੇ ਕਿਹੜੀ ਐਡ ਚਲਾਉਂਦੇ ਆ ਤੇ ਮੈਨੂੰ ਫੇਰ ਟੈਲੀਫੋਨ ਆਉਂਦੇ ਆ ਪੇ ਹੁਣ ਗਰਵਾਨੀ ਦਾ ਇਹ ਹਾਲ ਹੋਊਗਾ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿ ਐਕਸਕਲੂਸਿਵ ਰਾਈਟ ਉਹਦਾ ਦੇ ਕਿਉਂਕਿ ਐਗਰੀਮੈਂਟ ਮੁਤਾਬਕ ਆ ਤੇ ਜੇ 20 ਟੈਲੀਵਿਜ਼ਨਾਂ ਪੰਜਾਹਾਂ ਨੇ ਚਲਾਉਣਾ ਉਹ ਉਹਦੇ ਕੋਲੋਂ ਗਾਹਾਂ ਲਿੰਕ ਲੈ ਲੈਣ ਤੇ ਜੇ ਲਿੰਕ ਲੈ ਕੇ ਵਿੱਚ ਫੇਰ ਗੰਦੀਆਂ ਐਡਾਂ ਚਲਾਉਣੀਆਂ ਹੋਰ ਪ੍ਰਦਰਸ਼ਨ ਕਰਨਾ ਉਹ ਸੋਭਾ ਨਹੀਂ ਦਿੰਦਾ